ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ, ਸੰਦੀਪ ਡੇਅਰੀ ਫਾਰਮ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ। ਅਤੇ ਵੀਰ ਜੀ, ਅੱਜ ਆਪਣੀ ਵਿਜਿਟ ਹੈਗੀ ਆ ਪਿੰਡ ਨਾੜਾਂਲੀ, ਜ਼ਿਲ੍ਹਾ ਗੁਰਦਾਸਪੁਰ ਪੈਂਦਾ ਜੀ, ਤਹਿਸੀਲ ਕਲਾਨੌਰ। ਬਾਈ ਬੇਅੰਤ ਸਿੰਘ ਕੋਲ ਆ ਚੁੱਕੇ ਜੀ ਅੱਜ। ਫਿਰ ਆਪਾਂ ਅੱਜ ਵੀ ਤਕਰੀਬਨ ਬਾਈ ਨੇ ਕੋਲ 5-6 ਦੇ ਲਾਗੇ ਪਸ਼ੂ ਸੇਲ ਆ, ਅਤੇ ਵਧੀਆ ਪਸ਼ੂ ਹੁੰਦੇ ਬਾਈਆਂ ਕੋਲ, ਰੇਟ ਵੀ ਬਿਲਕੁਲ ਜਾਇਜ਼ ਹੀ ਕਰਦੇ ਹੁੰਦੇ ਜੀ, ਚੰਗੇ ਚੰਗੇ ਕੁਆਲਿਟੀ ਦੇ ਪਸ਼ੂ ਲੈ ਕਹਿੰਦੇ ਆ। ਠੀਕ ਹੈ ਜੀ, ਅਤੇ ਹੁਣ ਬਾਈ ਜੀ ਨੇ ਗੱਲਬਾਤ ਕਰੀਏ ਕਿ ਅੱਜ ਲੈ ਕੀ ਪ੍ਰਾਈਜ਼ ਦਾ, ਕੀ ਮਿਲਕ ਰਿਕਾਰਡ ਆ। ਉਸ ਤੋਂ ਪਹਿਲਾਂ ਵੀਰ ਜੀ, ਰਿਕੁਐਸਟ ਕਰਨ ਤੋਂ ਪਹਿਲਾਂ ਕਿ ਚੁਆਈ ਕਰੋ, ਪਾਸ ਕਰੋ, ਪੂਰੀ ਤਸੱਲੀ ਨਾਲ ਖਰੀਦੋ। ਵਾਰ ਵਾਰ ਜੀ ਇਹ ਬੇਨਤੀ ਕਰਦੇ ਤੁਹਾਡੇ ਅੱਗੇ ਕਿ ਚੁਆਈ ਜ਼ਰੂਰ ਕਰੋ, ਨਾਲੇ ਆਪਣੀ ਬਾਤ ਸ਼ੇਅਰ ਕਰਦੇ ਰਹੋ, ਚਲ ਅਗਾਂਹ ਵੀ ਕਿਸੇ ਵੀਰ ਦਾ ਫਾਇਦਾ ਹੋ ਸਕੇ। ਹੁਣ ਆਪਾਂ ਬਾਈ ਜੀ ਨਾਲ ਗੱਲਬਾਤ ਕਰੀਏ ਜੀ। ਤੇ ਬਾਈ ਜੀ, ਪਸ਼ੂ ਕਿੰਨੇ ਆ? ਪਸ਼ੂ ਭਾਈ ਮੇਰੇ ਕੋਲ 5-6 ਜੀ। ਚਲੋ ਕਰੋ ਸ਼ੁਰੂ, ਐਂਦੇ ਦੱਸੋ ਜੀ। ਇਹ ਭਾਈ ਸੁਹੇਜ ਪਸ਼ੂ ਜੀ? ਹਾਂਜੀ। ਮਾੜਾ ਕਹਿ ਰਹੀ, 2 ਮਿੰਟ ਰੋਕ ਜਾ ਗੱਡੀ ਕਰਨੀ, ਠੀਕ ਆ। ਚਲੋ ਚੈੱਕ ਕਰੋ ਜੀ, ਦੇਖੋ ਚੁਆ ਪਸਮਾ ਵਧੀਆ ਭਾਈ ਜੀ, ਠੀਕ ਆ। ਆਜੋ ਆਜੋ ਆਜੋ, ਬਸ ਠੀਕ ਆ, ਬੰਨੋ ਜੀ। ਤੇ ਭਾਅ ਜੀ ਫਿਰ ਇਹਦੀ ਕੀਮਤ ਆ? ਕੀਮਤ ਭਾਜੀ ਵੇਖੋ, 2000 ਅੱਛਾ 2000 ਰੁਪਇਆ, ਚਲੋ ਠੀਕ ਆ ਠੀਕ ਆ ਠੀਕ ਆ। ਚਾਰ ਦੰਦ ਜੀ, 15 ਕਿਲੋ ਦੁੱਧ ਤਿਆਰ ਆ। ਵੱਛੀ ਆ ਜੀ, ਮਗਰ ਵੱਛਾ ਮਗਰ ਆ, ਦੇਖੋ ਜੀ ਮੜਾ ਹਟਾਈਏ ਬੱਚੇ ਨੂੰ, ਕਾਂ ਪੈਰ ਖਾਈ ਜਾਂਦਾ। ਆ ਦੇਖੋ ਜੀ, ਬਸ ਠੀਕ ਆ, ਲਿਆਓ ਜੀ। ਪੰਜਾਹ ਹਜ਼ਾਰ ਹੁਣੇ ਸੂਈ ਹੈ ਨਾ ਜੀ, ਕੱਟੀ ਆ ਗਈ ਮਗਰ ਸੂਆ ਜੀ, ਦੇਖੋ ਜੀ ਕਿੰਨਾ ਕਰ ਦਿਓ ਜੀ ਫਿਰ ਤੁਹਾਡੇ ਨਾਲ? ਹਾਂਜੀ ਹਾਂ, ਅੱਛਾ 10-11 ਕਿਲੋ, ਠੀਕ ਆ। ਹਾਂਜੀ ਹਾਂਜੀ, 84 ਹਜ਼ਾਰ ਦੀ, 83 ਹਜ਼ਾਰ ਦੀ, ਬਸ ਠੀਕ ਆ, 82 ਹਜ਼ਾਰ, ਚਲੋ ਆਜੋ ਆਜੋ। 2 ਇਧਰ ਆ ਗਈਆਂ, ਅੱਛਾ ਦੁੱਧ ਜੀ 9-10 ਕਿਲੋ ਬੋਲਾ ਹੀ ਆ, ਹਾਂਜੀ ਠੀਕ ਆ। ਅੱਛਾ ਜੀ, ਆ ਦੇਖੋ ਜੀ, ਆ ਦੇਖੋ ਵੱਡੀ ਝੋਟੀ ਹੈ ਜੀ, ਪੂਰੀ ਪੂਰੀ ਭਾਰੀ ਝੋਟੀ, ਬੱਚਾ ਮਗਰ ਜੀ ਕੱਟੀ ਹੈ ਜੀ, ਮਗਰ ਦੇਖੋ ਪੂਰਾ ਫਾਇਦਾ ਤੁਹਾਡਾ, ਕੱਟੀ ਆ ਉਹਦੇ ਮਗਰ ਵੀ ਕੱਟੀ ਅਤੇ ਇਹਦੇ ਮਗਰ ਵੀ ਕੱਟੀ, ਤਿੰਨਾਂ ਮਗਰ ਕੱਟੀਆਂ ਹੀ ਆ ਗਈਆਂ ਹੈ ਨਾ ਜੀ। ਬਾਜੀ ਫਿਰ ਕੀਮਤ ਦਿੰਦੀ? ਹਾਂਜੀ 92 ਹਜ਼ਾਰ ਦੀ, ਬਸ ਠੀਕ ਆ, ਠੀਕ ਆ ਬਿਲਕੁਲ ਜੀ। ਇਹ ਟੋਕੜਾ ਕੀ ਆ? ਹਾਂਜੀ ਹਾਂਜੀ, ਆਹ ਕੱਟਾ ਜੀ, ਦੇਖੋ ਤਿੰਨਾਂ ਮਹੀਨੇ ਗੱਬਣਾ, ਤਿੰਨਾਂ ਮਹੀਨੇ ਭਾਜੀ, ਮਤਲਬ
चार किलो बस ठीक है चुवाई जो ठीक है बिल्कुल जी भाजी को छटा लेने दुध चार किलो की मर बिलकुल जी बिलकुल चलो चलो ठीक है देखो जी आप पशु भाई को चेक करके चुवाई करके पास करके पूरी तसली हक बनता जी है ना भाई जी बिल्कुल बोलो भाई आज नंबर ठीक है।